ਡਰਾਈਵਰ ਨੇ ਮਤਲਬ ਕਿ ਮੈਨੂੰ ਦੱਸਿਆ ਵੀ ਜਿਹੜਾ ਤੁਹਾਡਾ ਚੌਧਰੀ ਹੈ ਇਹਨੇ ਰਾਤ ਗੱਡੀ ਸਾਡੀ ਜੀ ਲੋਡ ਹੋਣ ਵਾਸਤੇ ਪਹਿਲਾਂ ਰੋਕਤੀ ਹੈ, ਰੋਕਣ ਤੋਂ ਬਾਅਦ ਉਹਨੇ ਰਾਤ ਆਪਣੀਆਂ ਦੋ ਰੇਹੜੀਆਂ ਲਿਆਈਆਂ, ਰੇਹੜੀਆਂ 'ਚ ਲੱਦ ਕੇ ਮਾਲ ਲੈ ਗਿਆ, ਬਾਹਰ ਜਾ ਕੇ ਪਤਾ ਨਹੀਂ ਕਿੱਥੇ ਲੈ ਗਿਆ, ਕਿੱਥੇ ਉਹਨੇ ਵੇਚਿਆ। ਮੈਂ ਆ ਕੇ ਚੌਧਰੀ ਨੂੰ ਪੁੱਛਗਿੱਛ ਕੀਤੀ, ਆਪਣੇ ਦਫ਼ਤਰ ਲਿਆ, ਮੈਂ ਕਿਉਂ ਇਸ ਤਰ੍ਹਾਂ ਤੂੰ ਕੀਤਾ, ਮਤਲਬ ਇਹ ਚੋਰੀ ਕਿਉਂ ਕੀਤੀ ਹੈਗੀ ਦੱਸ। ਪਹਿਲਾਂ ਤਾਂ ਮੁੱਕਰਨ ਲੱਗਾ ਤਾਂ ਮੈਂ ਕੋਈ ਕੀਤਾ, ਜਿਸ ਬੰਦੇ ਨੇ ਕਿਹਾ ਸੀਗਾ ਉਹਨੂੰ ਉਹਦੇ ਮੂੰਹ 'ਤੇ ਲਿਆਂਦਾ ਗਿਆ, ਉਹਨੇ ਕਿਹਾ ਇੰਨੀਆਂ ਬੋਰੀਆਂ ਤੂੰ ਰਾਤ ਮੇਰੇ ਸਾਹਮਣੇ ਖੜੀਆਂ। ਫਿਰ ਚੌਧਰੀ ਆਉਂਦਾ ਵੀ ਮਤਲਬ ਮੈਂ ਠੀਕ ਖੜੀਆਂ ਨੇ। ਫਿਰ ਉਹਦਾ ਦੂਸਰਾ ਭਰਾ ਆ ਗਿਆ, ਆਉਂਦੇ ਅਸੀਂ ਜਾ ਚੋਰੀ ਕੀਤੀ, ਉਹ ਗਲ ਆ ਕੇ ਪੈ ਗਿਆ ਮੇਰੇ ਨਾਲ, ਪਹਿਲਾਂ ਤਾਂ ਹੋਰ ਸੀ ਉਹਨਾਂ ਦੀਆਂ ਪੱਗਾਂ ਪੁੱਗਾਂ ਲਾ ਤੀ, ਇੱਕ ਹੋਰ ਆ ਗਿਆ, ਫਿਰ ਇੱਕ ਉਹਦਾ ਸਾਲਾ ਆ ਗਿਆ, ਇਹ 7-8 ਜਣੇ ਆ ਕੇ ਸਾਡੇ ਦਫ਼ਤਰੇ ਗੱਲ ਪੈ ਗਏ। ਫਿਰ ਬਾਹਰ ਹਜੂਮ ਇਕੱਠਾ ਕਰਕੇ ਸਾਡਾ ਇੰਨਾ ਕਰੋੜੇ ਮਾਰੇ ਆ, ਸਾਡੇ ਦਫ਼ਤਰ ਨੇ ਸਾਡਾ ਦਫ਼ਤਰੇ ਭੰਨਤਾ, ਅਸੀਂ ਮਹਾਂ ਜਾਨ ਬਚਾਈ, ਸਾਨੂੰ ਪੁਲਿਸ ਲੈ ਕੇ ਆਈ, SHO ਸਾਹਿਬ ਆਪਣਾ ਮਹਾਂ ਬਚਾ ਕੇ ਸਾਨੂੰ ਕੱਢਿਆ, ਉਹਨੂੰ ਵੀ ਇੱਕ ਦੋ ਹੋਰ ਰਹਿ ਗਏ ਸੀ ਬੰਦੇ ਜਿਹੜੇ ਲਾਗੇ ਗਾਹਕ ਹੀ ਖਲੋਤੇ ਸੀ, ਉਹਨਾਂ ਨੂੰ ਵੀ ਮਾਰਿਆ ਉਹਨਾਂ ਨੇ। ਗੱਡੀ ਦੀ ਸ਼ਾਟ ਆਈ 2 ਕੁਇੰਟਲ, ਠੀਕ ਹੈ ਜੀ। ਇਹ ਮੈਨੂੰ ਕਹਿੰਦਾ ਗੱਡੀ ਦੀ ਸ਼ਾਟ ਕਿੱਦਾਂ ਆਈ, ਤੇ ਮੈਂ ਕਿਹਾ ਵੀ ਗੱਡੀ ਦੀ ਸ਼ਾਟ ਮੈਨੂੰ ਨਹੀਂ ਪਤਾ ਕਿੱਦਾਂ ਆਈ, ਪਹਿਲਾਂ ਮਾਲ ਪਿਆ ਸੀ ਪੁਰਾਣਾ ਉਹ ਪਾਇਆ ਸੀ, ਮਾਲ ਸੁੱਕਾ ਹੋਊਗਾ, ਤੇ ਮੈਨੂੰ ਕਹਿੰਦਾ ਵੀ ਤੂੰ ਰਾਤ ਨੂੰ ਬਾਟਾ ਫੇਰਦਾ ਵਾਂ, ਜੇ ਆ ਵੋ ਆ। ਇਹ ਮੇਰੇ ਕੋਲ 2 ਨੰਬਰ ਦਾ ਕੰਮ ਕਰਾਉਂਦਾ, 2 ਕਿਲੋ ਦਾ ਵੱਟਾ ਬਣਾਇਆ ਸੀ, ਕਿਸਾਨਾਂ ਦੇ 2 ਕਿਲੋ ਦਾਣੇ ਵੱਧ ਚ ਖਾਉਂਦਾ ਸੀ, ਬਾਅਦ ਚ ਮੈਨੂੰ ਆਉਂਦਾ ਸੀ ਵੀ ਕੱਢ ਦਾਣੇ, ਤੇ ਦਾਣੇ ਵੱਧ ਨਿਕਲ ਗਏ ਤੇ ਉਹ ਸ਼ਾਟ ਆ ਗਈ ਗੱਡੀ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਮੈਨੂੰ ਆਉਂਦਾ ਦਫ਼ਤਰ ਆ ਮੇਰੇ ਨਾਲ, ਉੱਥੋਂ ਮੈਨੂੰ ਦਫ਼ਤਰ ਲਿਆਇਆ ਵਾ, ਨਾਲ ਜਿਹੜੇ ਜੱਟ ਸੀ ਜ਼ਿਮੀਂਦਾਰ ਉਹ ਵੀ 3-4 ਲਿਆਏ, ਬਾਅਦ 'ਚ ਇਹਨੇ ਫੋਨ ਕੀਤਾ 10-12 ਜਾਣਿਆਂ ਨੂੰ, ਉਹਦੇ ਗਲ ਵਿੱਚ ਪਰਨਾ ਪਾਇਆ ਅਤੇ ਪਰਨਾ ਪਾ ਕੇ ਮੇਰਾ ਨਾਲ ਹੀ ਪਿਸ਼ਾਬ ਕੱਢ ਦਿੱਤਾ, ਗਲ ਘੁੱਟ ਦਿੱਤਾ ਸੀ। ਉਹਦਾ ਮੈਂ ਰਹੀ ਹਿੰਮਤ ਕਿ ਮੈਂ ਇੱਥੋਂ ਫੜ ਕੇ ਛਡਾ ਲਿਆ, ਨਹੀਂ ਤਾਂ ਇਹਨਾਂ ਮੇਰਾ ਗਲ ਘੁੱਟ ਦਿੱਤਾ ਸੀ। ਇਹਨਾਂ ਮੇਰੇ ਸਿਰ ਵਿੱਚ ਮੁੱਕੀਆਂ ਮਾਰੀਆਂ ਵਾ, ਇਹਦਾ ਭਰਾ ਜਿਹੜਾ ਮੁਲਾਜ਼ਮ ਆ ਉਹਨੇ ਮੈਨੂੰ ਕੁੱਤੇ ਚੂੜੇ ਕਿਹਾ ਵਾ, ਨਾਲ ਹਰਜੋਤ ਸਿੰਘ ਆ ਦਾਦੂ ਜੋਤ ਆ ਉਹਨੇ ਕੁੱਤੇ ਚੂੜੇ ਕਿਹਾ ਵਾ, ਇਹਦਾ ਭਤੀਜਾ ਜੋਬਨ ਆ ਉਹਨੇ ਕੁੱਤੇ ਚੂੜੇ ਕਿਹਾ ਵਾ, ਨਾਲ ਨਰਿੰਦਰ ਆੜਤੀ ਨੇ ਕੁੱਤੇ ਚੂੜੇ ਕਿਹਾ ਵਾ। ਉਹਨਾਂ ਨੂੰ ਵੀ ਵਾਹਵਾ ਕੁੱਟਿਆ, ਮੈਨੂੰ ਤਾਂ ਇਹਨਾਂ ਡਾਂਗਾਂ ਨਾਲ ਵੀ ਕੁੱਟਿਆ, ਤੇ ਘਸੁੰਨ ਮੇਰੇ ਸਿਰ 'ਚ ਵਿੱਚ ਇੱਥੇ ਮਾਰੇ, ਤੇ ਮਤਲਬ ਬੜਾ ਬੁਰਾ ਹਾਲ ਕੀਤਾ, 2-3 ਵਾਰੀ ਤਾਂ ਮੰਦਰ ਹੀ ਡਿੱਗਿਆ ਬੇਹੋਸ਼ ਹੋ ਕੇ। ਤੇ ਆਹ ਵੇਖੋ ਜੀ ਕੰਨ ਪਾਟਾ, ਆਹ ਮੂੰਹ ਦੇ ਵਿੱਚ ਇੱਥੇ ਘਸੁੰਨ ਮਾਰੇ, ਤਾਂ ਇੱਥੇ ਗਲੇ ਵਿੱਚ ਘਸੁੰਨ ਮਾਰੇ। ਮੇਰੇ ਤੇ ਇਹਨੇ 2 ਲੱਖ ਰੁਪਈਆ ਨਜਾਇਜ਼ ਪਾਇਆ ਵਾ, ਉਹਦਾ ਇਨਸਾਫ਼ ਚਾਹੀਦਾ। ਦੂਜੀ ਗੱਲ ਜਿਹੜੀ ਇਹਨਾਂ ਮਾਰ ਕੁੱਟ ਕੀਤੀ ਆ ਉਹਦਾ ਇਨਸਾਫ਼ ਚਾਹੀਦਾ ਵਾ। ਤੀਜੀ ਗੱਲ, ਜੱਟਾਂ ਦਾ ਮਾਲ 1800 ਨੂੰ ਖਰੀਦ ਕੇ 1850 ਨੂੰ ਵੇਚਣ ਡਿਆ ਜੇ, ਠੀਕ ਹੈ ਜੀ। ਮੈਨੂੰ ਇਹਨਾਂ ਚੀਜ਼ਾਂ ਦਾ ਇਨਸਾਫ਼ ਚਾਹੀਦਾ, ਜੋ ਇਹਨਾਂ ਮੇਰੇ ਨਾਲ ਕੀਤਾ ਉਹ ਇਹਨਾਂ ਨਾਲ ਹੋਣਾ ਚਾਹੀਦਾ, ਜੋ ਵਿੱਚ ਸ਼ਾਮਿਲ ਨੇ ਉਹ ਵੀ ਸਾਹਮਣੇ ਆਉਣੇ ਚਾਹੀਦੇ, ਜਿਹੜਾ ਇਹਨਾਂ ਨੇ ਕੁੱਤੇ ਚੂੜੇ ਕਿਹਾ ਵਾ ਉਹਦਾ ਮੈਨੂੰ ਇਨਸਾਫ਼ ਚਾਹੀਦਾ ਵਾ। ਇਹਨਾਂ ਦੋਨਾਂ ਪਾਰਟੀਆਂ ਝਗੜਾ, ਦੋਨਾਂ ਪਾਰਟੀਆਂ ਜਿਹੜੀਆਂ ਹਸਪੀਟਲ ਦਾਖਲ ਆ, ਦਰਖਾਸਤ ਲੈ ਕੇ ਜੋ ਜੋ ਸਟੇਟਮੈਂਟ ਆਏਗੀ ਉਹ ਮੁਤਾਬਕ ਦੋਨਾਂ ਦੇ ਖਿਲਾਫ਼।